ਬਹੁਤ ਹੀ ਪਿਆਰੇ ਵਿਦਿਆਰਥੀਓ ਪੰਜਾਬੀ ਸਟੱਡੀ ਪੁਆਇੰਟ 63 ਤੇ ਇੱਕ ਵਾਰ ਤੁਹਾਡਾ ਫੇਰ ਸਵਾਗਤ ਮੈਂ ਅਮਰਜੀਤ कौर ਇੱਕ ਹੋਰ ਵੀਡੀਓ ਲੈ ਕੇ ਆਪ ਜੀ ਦੇ ਸਾਹਮਣੇ ਪੇਸ਼ ਹਾਂ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵਧੀਆ ਵੀਡੀਓਜ਼ ਬਾਰੇ ਨਾਲੋਂ ਨਾਲ ਜਾਣਕਾਰੀ ਮਿਲਦੀ ਰਹੇ ਇਸ ਵੀਡੀਓ ਵਿੱਚ ਅਸੀਂ ਜੋ ਚੱਲ ਰਹੀ ਲੜੀ ਹੈ ਗੜੀਏ ਚਿੱਕੜ ਦੂਰ ਕਰ ਸਵੈ ਜੀਵਨੀ ਜੋ ਕਿ ਸੁਹਿੰਦਰ ਸਿੰਘ ਬੰਜਾਰਾ ਵਿਦਗੀ ਦੀ ਲਿਖੀ ਹੋਈ ਹੈ ਉਸ ਦੇ ਦੂਸਰੇ ਭਾਗ ਤੂੰ ਇਹਦਾ ਚੰਗਲ ਦੀ ਅਸੀਂ ਗੱਲ ਕਰਨੀ ਹੈਗੀ ਆ ਤਾਂ ਇਸ ਤੋਂ ਪਹਿਲਾਂ ਅਸੀਂ ਜਿਹੜੀ ਹੈ ਪਹਿਲਾ ਭਾਗ ਨਵੇਂ ਲੋਕ ਨਵੇਂ ਕਜ਼ੀਏ ਪੜ ਚੁੱਕੇ ਹੈਗੇ ਆ ਤਾਂ ਦੂਸਰੇ ਭਾਗ ਦੇ ਵਿੱਚ ਆਰੰਭ ਦੇ ਵਿੱਚ ਲਿਖ ਕੇ ਨੇ ਦੱਸਿਆ ਹੈ ਵੀ ਜਿਹੜਾ ਹੈ ਆਜ਼ਾਦੀ ਦੀ ਪ੍ਰਾਪਤੀ ਸਮੇ ਫਿਰਕੂ ਆਧਾਰ ਤੇ ਕਿਸ ਤਰ੍ਹਾਂ ਜਿਹੜਾ ਹੈ ਦੰਗੇ ਹੋਏ ਅਤੇ ਜਿਹੜਾ ਹੈ ਦੋਨੋਂ ਪਾਸੇ ਜਿਹੜਾ ਹੈ ਲੋਕਾਂ ਦਾ ਜਿਹੜਾ ਹੈ ਬਹੁਤ ਨੁਕਸਾਨ ਹੋਇਆ ਤਾਂ ਇਸ ਸਾਰੇ ਨੁਕਸਾਨ ਨੂੰ ਅਸੀਂ ਪ੍ਰੋਫੈਸਰ ਮੋਹਨ ਸਿੰਘ ਦੀਆਂ ਦੋ ਕੁ ਲਾਈਨਾਂ ਪਾਵੇਂ ਕਵਿਤਾ ਉਹਨਾਂ ਨੇ ਬਹੁਤ ਵੱਡੀ ਲਿਖੀ ਆ ਪਰ ਅਸੀਂ ਦੋ ਚਾਰ ਕੁ ਲਾਈਨਾਂ ਪੜ੍ਹ ਕੇ ਹੀ ਇਸ ਨੂੰ ਸਮਾਪਤ ਕਰਾਂਗੇ ਤਾਂ ਉਹਨਾਂ ਨੇ ਕਿਹਾ ਪ੍ਰੋਫੈਸਰ ਮੋਹਨ ਸਿੰਘ ਨੇ ਕਿ ਆ ਬੱਬਾ ਤੇਰਾ ਵਤਨ ਬੀਰਾਨ ਹੋ ਗਿਆ ਰੱਬ ਦੇ ਘਰਾਂ ਦਾ ਰਾਖਾ ਮੂੜ ਸ਼ੈਤਾਨ ਹੋ ਗਿਆ ਇਹਨਾਂ ਬਾਣੀਆਂ ਤੁਰਕਾਣੀਆਂ ਦੋਹਾਂ ਦੀ ਪਤ ਗਈ ਬੁਰਕੇ ਸੰਦੂਰ ਦੋਹਾਂ ਦਾ અપਮਾਨ ਹੋ ਗਿਆ ਉਹ ਮੱਛੇ ਤੇਰੀ ਹਿੱਕ ਤੇ ਐਸੇ ਉਲੰਬੜੇ ਪੰਜ ਪਾਣੀਆਂ ਵੀ ਦਾ ਪਾਣੀ ਵੀ ਹੈਰਾਨ ਹੋ ਗਿਆ ਤੂੰ ਰੱਬ ਨੂੰ ਪੁਕਾਰਾਂ ਤੈਨੂੰ ਪੁਕਾਰਾਂ ਮੈਂ ਤੋ ਰੱਬ ਨੂੰ ਪੁਕਾਰਿਆ ਤੈਨੂੰ ਪੁਕਾਰਾਂ ਮੈਂ ਆਇਆ ਨਾ ਤੇ ਕੀ ਦਰਦ ਐਟਾ ਕਾਣ ਹੋ ਗਿਆ ਤਾਂ ਲੇਖ ਕਹਿੰਦਾ ਹੈਗਾ ਕਿ 1947 ਦੇ ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਆਜ਼ਾਦੀ ਪ੍ਰਾਪਤ ਹੋਈ ਤਾਂ ਅੰਗਰੇਜ਼ਾਂ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਅਧੀਨ ਜਿਹੜਾ ਹੈ ਧਰਮ ਦੇ ਆਧਾਰ ਤੇ ਲੋਕਾਂ ਦੇ ਵਿੱਚ ਜ਼ਹਿਰ ਫੈਲਾਈ ਜਿਸ ਦੇ ਅਧੀਨ ਜਿਹੜਾ ਹੈਗਾ ਸਾਰੇ ਪਾਸੇ ਜਿਹੜਾ ਹੈ ਖੁਸ਼ੀ ਦੇ ਵਾਤਾਵਰਨ ਉਹਨਾਂ ਨੇ ਜਿਹੜਾ ਹੈ ਦੂਸ਼ਿਤ ਕਰ ਦਿੱਤਾ ਤੂ ਇਹਦਾ ਜੰਗਲ ਸੀ ਕੁਝ ਵੀ ਦਿਖਾਈ ਨਹੀਂ ਸੀ ਦੰਦਾ ਹਰ ਪਾਸੇ ਜਾਨ ਬਚਾਉਣ ਲਈ ਆਪਾਂ ਤੱਪੀ ਮੱਚੀ ਹੋਈ ਸੀ ਅਲੈਕ ਕਹਿੰਦਾ ਹੈਗਾ ਕੀ ਆਜ਼ਾਦੀ ਦੀ ਜਿਹੜੀ ਕਿਰਨ ਦੇਸ਼ ਦੇ ਵਿੱਚ ਆਜ਼ਾਦੀ ਦਾ ਸੂਰਜ ਚੜਿਆ ਉਸ ਦੀਆਂ ਕਿਰਨਾਂ ਦੇ ਵੀ ਕਈ ਰੰਗ ਸਨ ਜਿਨ੍ਹਾਂ ਵਿੱਚੋਂ ਇੱਕ ਰੰਗ ਸੀ ਸੁਹਾ ਲਾਲ ਜੋ ਕਿ ਜਿਹੜਾ ਹੈ ਸੱਤਾ ਦਾ ਪ੍ਰਤੀਕ ਸੀ ਜਿਸ ਨੂੰ ਨੇਤਾਵਾਂ ਨੇ ਪ੍ਰਾਪਤ ਕਰ ਲਿਆ ਅਤੇ ਉਹਨਾਂ ਨੇ ਸਾਰੀਆਂ ਸੁੱਖ ਸਹੂਲਤਾਂ ਨੌਕਰ ਚੱਕਰ ਸਾਰਾ ਮਤਲਬ ਜਿਹੜਾ ਹੈ ਸੁੱਖ ਉਹਨਾਂ ਨੇ ਪ੍ਰਾਪਤ ਕਰ ਲਏ ਤੇ ਉਹ ਲੋਕਾਂ ਦੇ ਉਹਨਾਂ ਦੇ ਜਿਹੜਾ ਹੈ ਦੁੱਖਦਰ ਤੋਂ ਜਿਹੜਾ ਹੈ ਅਣਜਾਨ ਬਣ ਗਿਆ ਤਾਂ ਦੂਸਰੀ ਉਹ ਲੋਕ ਸਨ ਜਿਨ੍ਹਾਂ ਨੇ ਥੋੜੀ ਬਹੁਤੀ ਜਿਹੜੀ ਹੈ ਦੇਸ਼ ਲਈ ਕੰਮ ਕੀਤਾ ਤਾਂ ਉਹ ਜਿਹੜਾ ਆਜ਼ਾਦੀ ਕੁਲਾਟੀ ਹੋਣ ਦਾ ਦੰਬ ਪਾਲਣ ਲੱਗੇ ਲਿਖ ਕਹਿੰਦਾ ਹੈ ਕਿ ਜੇ ਕਿਸੇ ਦੀ ਚੀਚੀ ਨੂੰ ਜਰਾ ਖੂਕੂਨ ਲੱਗ ਗਿਆ ਤਾਂ ਉਹ ਸ਼ਹੀਦ ਹੋਣ ਦਾ ਰਤਵਾ ਪਾਲਣ ਲੱਗਿਆ ਜੇ ਕਿਸੇ ਨੇ ਇੱਕ ਦਿਨ ਜੇਲ੍ਹ ਦੀ ਹਵਾ ਖਾਧੀ ਤਾਂ ਉਹ ਜੇਲ੍ਹ ਖਾਨਾ ਜਿੱਡੀ ਕੋਠੀ ਪ੍ਰਾਪਤ ਕਰਨ ਦਾ ਅਧਿਕਾਰੀ ਸਮਝਣ ਲੱਗਿਆ ਤਾਂ ਇਸ ਤਰ੍ਹਾਂ ਇਹ ਤਰ ਵੀ ਜਿਹੜਾ ਹੈ ਲੋਕਾਂ ਦੇ ਨਾਲ ਬਹੁਤਾ ਜੁੜੀ ਨਹੀਂ ਤੀਸਰੀ ਤੇ ਸੀ ਅਫਸਰशाही ਜਿਹੜੇ ਕਿ ਸਾਮਰਾਜਵਾਦ ਸਮੇਂ ਵੀ ਜਿਹੜਾ ਹੈ ਐਸ਼ ਕਰਦੀ ਰਹੀ ਸੀ ਲੋਕਾਂ ਤੋਂ ਦੂਰ ਸੀ ਤੇ ਹੁਣ ਤਾਂ ਖੈਰ ਦੇਸੀ ਹਕੂਮਤ ਸੀ ਤਾਂ ਉਹਨਾਂ ਨੇ ਵੀ ਲੋਕਾਂ ਦੀ ਜਿਹੜਾ ਦੁੱਖ ਦਰਦ ਨੂੰ ਸਮਝਣਾ ਜਿਹੜਾ ਹੈ ਉਹਨਾਂ ਤੋਂ ਬਹੁਤ ਹੀ ਦੂਰ ਰਹੇ ਤਾਂ ਅਗਲਾ ਜਿਹੜੀ ਗੱਲ ਦੱਸਦਾ ਹੈ ਲੇਖਕ ਕਿ ਆਜ਼ਾਦੀ ਤਾਂ ਪੀੜ੍ਹੀਆਂ ਦੇ ਸੰਘਰਸ਼ ਦਾ ਹਿੱਸਾ ਸੀ ਤਾਂ ਇਸ ਨੂੰ ਸਿਰਫ ਨੇਤਾਵਾਂ ਦੀ ਵਿਚਾਰਧਾਰਾ ਦੇ ਨਹੀਂ 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 ਸਗੋਂ ਲੋਕਾਂ ਦੀਆਂ ਕੁਰਬਾਨੀਆਂ ਕਰਕੇ ਹੀ ਪ੍ਰਾਪਤ ਕੀਤਾ ਗਿਆ ਸੀਗਾ ਜਿਉਂ ਹੀ ਲੋਕ ਜਿਹੜਾ ਹੈ ਅੰਗਰੇਜ਼ਾਂ ਨੇ ਵੇਖਿਆ ਕਿ ਸਾਰੇ ਲੋਕ ਜਿਹੜਾ ਹੈ ਦੇਸ਼ ਦੀ ਆਜ਼ਾਦੀ ਲਈ ਮਰ ਮਿਟ ਰਹੇ ਹੈਗੇ ਨੇ ਤਾਂ ਉਹ ਲੋਕਾਂ ਦੇ ਰੋਹ ਤੋਂ ਡਰ ਕੇ ਜਿਹੜਾ ਹੈ ਦੇਸ਼ ਨੂੰ ਆਜ਼ਾਦ ਕਰ ਗਏ ਤਾਂ ਜ ਵੱਡੇ ਨੇਤਾ ਭਾਵੇਂ ਵੱਡੇ ਸਾਹਮਣੇ ਸਨ ਪਰ ਲੇਖ ਕਹਿੰਦਾ ਹੈ ਕਿ ਲੋਕਾਂ ਨੇ ਹੀ ਤਾਂ ਉਹਨਾਂ ਨੂੰ ਵੱਡੇ ਬਣਾਇਆ ਸੀ ਤਾਂ ਜੇਕਰ ਪਰਜਾ ਦੇ ਪੱਖ ਤੋਂ ਵੇਖਿਆ ਜਾਵੇ ਤਾਂ ਪਰਜਾ ਦੇ ਵੀ ਦੋ ਭਾਗ ਸਨ ਆਜ਼ਾਦੀ ਦੀ ਜਿਹੜੀ ਹੈ ਇਸ ਖੁਸ਼ੀ ਨੂੰ ਮਾਨਣ ਦੇ ਲਈ ਇੱਕ ਵਸੇ ਹੋਏ ਤੇ ਇੱਕ ਉਜੜੇ ਹੋਏ ਜਿਹੜੇ ਵਸੇ ਹੋਏ ਸਨ ਉਹਨਾਂ ਦੇ ਘਰਾਂ ਦੇ ਵਿੱਚ ਤਾਂ ਬੈਠੇ ਮਿਠਾਏ ਨੂੰ ਆਜ਼ਾਦੀ ਪ੍ਰਾਪਤ ਹੋ ਗਈ ਸੀ ਉਹਨਾਂ ਨੇ ਬਥੇਰੀਆਂ ਖੁਸ਼ੀਆਂ ਮਾਣੀਆਂ ਜਦੋਂ ਉਹਨਾਂ ਨੇ ਉਜੜੇ ਹੋਏ ਲੋਕਾਂ ਨੂੰ ਵੇਖਿਆ ਜਿਹੜੇ ਦਰਬਾਰ-ਦਰ ਭਟਕ ਰਹੇ ਸਨ ਤਾਂ ਉਹਨਾਂ ਨੂੰ ਆਪਣੇ ਘਰਾਂ ਦੀ ਅਹਿਮੀਅਤ ਮਹਿਸੂਸ ਹੋਈ ਤੇ ਉਹਨਾਂ ਨੇ ਇਸ ਸਮੇਂ ਦਾ ਬਹੁਤ ਫਾਇਦਾ ਉਠਾਇਆ ਤਾਂ ਉਹਨਾਂ ਨੇ ਆਪਣੇ ਘਰਾਂ ਦੇ ਕੋਨੇ-ਕੋਨੇ ਮਹਿੰਗੇ ਮੁੱਲ ਤੇ ਇਨ੍ਹਾਂ ਉਜੜੇ ਹੋ ਲੋਕਾਂ ਨੂੰ ਕਿਰਾਏ ਤੇ ਦੇ ਦਿੱਤੇ ਤੇ ਉਹਨਾਂ ਨੇ ਆਪਣੇ ਡੰਗਰਾਂ ਦੇ ਕੋਠੇ ਵੀ ਕਿਰਾਏ ਤੇ ਚਾੜੇ ਅਤੇ ਡੰਗਰਾਂ ਨੂੰ ਗਲੀਆਂ ਦੇ ਵਿੱਚ ਵੰਨ ਦਿੱਤਾ ਭਾਵ ਸਾਰੇ ਪਾਸੇ ਖਲਕਤ ਹੀ ਖਲਕਤ ਰੁਲਦੀ ਹੋਈ ਨਜ਼ਰ ਆ ਰਹੀ ਸੀ ਤਾਂ ਹੁਣ ਇਸ ਜਿਹੜਾ ਹੈ ਦੌਰ ਦੇ ਵਿੱਚ ਲੇਖਕ ਕਹਿੰਦਾ ਹੈਗਾ ਕਿ ਚਾਹੇ ਇਧਰੋਂ ਉਧਰ ਗਏ ਜਾਂ ਦੋਨੋਂ ਪਾਸਿਆਂ ਦੇ ਲੋਕ ਉਹਨਾਂ ਨੇ ਆਪਣਾ ਜਿਹੜਾ ਹੈ ਸ਼ਾਨਾ ਆਪਣੇ ਘਰ-ਘਾਟ ਆਪਣੀਆਂ ਜ਼ਮੀਨਾਂ ਜਾਇਦਾਦਾਂ ਸਾਰੀਆਂ ਖੋਈਆਂ ਤੇ ਉਹਨਾਂ ਦੀਆਂ ਨਵਾਬੀਆਂ ਸਰਦਾਰੀਆਂ ਖੁੱਸ ਗਈਆਂ ਅਤੇ ਆਪਣੇ ਜਾਨ ਬਚਾਉਣ ਲਈ ਇਧਰ ਉਧਰ ਭਟਕਣ ਲੱਗੇ ਇਸ ਉਜਾੜੇ ਦੇ ਵਿੱਚ ਸਭ ਤੋਂ ਜਿਹੜਾ ਵੱਧ ਹੈ ਨੁਕਸਾਨ ਔਰਤਾਂ ਦਾ ਹੋਇਆ ਕਿਉਂਕਿ ਔਰਤ ਜਿਹੜੀ ਹੈ ਹਰ ਥਾਂ ਤੇ कमजोर ਹੁੰਦੀ ਹੈਗੀ ਤਾਂ ਉਹ ਇਸਤਰੀਆਂ ਜਿਹੜੀਆਂ ਕਦੇ ਕਿਸੇ ਦੀ ਆਜ਼ਾਨ ਹੈ ਸੰਸਹਾਰ ਦੀਆਂ ਉਹਨਾਂ ਨੂੰ ਜਿਹੜਾ ਹੈ ਗਲੀਆਂ ਦੇ ਕੱਖਾਂ ਵਾਂਗ ਰੋਲ ਦਿੱਤਾ ਗਿਆ ਕਈਆਂ ਨੇ ਖੂਹਾਂ ਵਿੱਚ ਛਾਲਾ ਮਾਰ ਕੇ ਆਤਮ ਹੱਤਿਆ ਕਰ ਲਈ ਕਈਆਂ ਕਈ ਉਧਾਰੇ ਗਈਆਂ ਤਾਂ ਇਸ ਤਰ੍ਹਾਂ ਜਿਹੜਾ ਹੈ ਇਸ ਸਮੇਂ ਦੇ ਵਿੱਚ ਬੜਾ ਹੀ ਦਰਦਨਾਕ ਜਿਹੜਾ ਹੈ ਹਾਲਾਤ ਪੈਦਾ ਹੋ ਗਏ ਸੰਨ ਤਾਂ ਹੁਣ ਅਗਲੀ ਗੱਲ ਕੀ ਹੈ ਕਹਿਣ ਦਾ ਭਾਵ ਕੀ ਹੈ ਉਜੜੇ ਲੋਕਾਂ ਦਾ ਹਾਲ ਬਹੁਤ ਹੀ ਮਾੜਾ ਸੀ ਉਹ ਤਾਂ ਆਪਣੀ ਜਿਹੜਾ ਹੈ ਰੋਜ਼ੀ ਰੋਟੀ ਲਈ ਵੀ ਜਿਹੜਾ ਹੈ ਆਤੁਰ ਸਨ ਤੇ ਉਹ ਆਪਣਾ ਜਿਹੜਾ ਹੈ ਪੈਰ ਇਸ ਦਲਦਲ ਦੇ ਵਿੱਚ ਖੜੇ ਜਿਹੜਾ ਹੈ ਟਿਕਾਉਣ ਲਈ ਬਹੁਤ ਹੀ ਬੇਚੈਨ ਸਨ ਕਿਸੇ ਪਾਸੇ ਉਹਨਾਂ ਨੂੰ ਆਸ ਦੀ ਕਿਰਨ ਨਜ਼ਰ ਨਹੀਂ ਸੀ ਆਉਂਦੀ ਹੁਣ ਲੇਖਕ ਅਤੇ ਉਸਦਾ ਪਰਿਵਾਰ ਪਟਿਆਲੇ ਰਹਿਣ ਲੱਗਿਆ ਸੀ ਤਾਂ ਉਹ ਇੱਕ ਛੋਟੀ ਜਿਹੀ ਫਾਰਮ ਦੇ ਵਿੱਚ ਮੁੰਸ਼ੀਗਰੀ ਕਰਨ ਲੱਗ ਪਿਆ ਤਾਂ ਉਹ ਫਾਰਮ ਦੇ ਵਿੱਚ ਤਿੰਨ ਭਾਈ ਵੱਲ ਸਨ ਤੇ ਉਹਨਾਂ ਦੇ ਦੋ ਤਿੰਨ ਟਰੱਕ ਸਨ ਜਿਹੜੇ ਕਿ ਕੰਡਾ ਘਾਟ ਤੋਂ ਰੋੜੀ ਢੋਣ ਦਾ ਕੰਮ ਕਰਦੇ ਸਨ ਕਦੀ ਕਦੀ ਮਨੀ ਮਾਜਰੇ ਤੋਂ ਅੰਬ ਜਾਂ ਆਲੂ ਆਲੂ ਪਿਆਜ਼ ਵਗੈਰਾ ਲਿਆਉਂਦੇ ਤੇ ਇਸ ਤਰ੍ਹਾਂ ਉਹਨਾਂ ਦਾ ਕੰਮ ਥੋੜਾ ਬਹੁਤਾ ਚੱਲਦਾ ਸੀ ਤੇ ਉਹਨਾਂ ਦੇ ਜਿਹੜੇ ਡਰਾਈਵਰ ਸਨ ਤਾਂ ਉਹ ਲੇਖਕ ਕੋਲੋਂ ਆਪਣਾ ਹਿਸਾਬ ਲਿਖਾ ਦਿੰਦੇ ਸਨ ਵੀ ਉਹਨਾਂ ਦਾ ਜੋ ਖਰਚਾ ਹੋਇਆ ਤੇ ਲੇਖਕ ਰਜਿਸਟਰ ਵਿੱਚ ਲਿਖ ਲੈਂਦਾ ਸੀ ਤੇ ਇਸ ਦੇ ਨਾਲ ਹੀ ਲੇਖਕ ਉਹਨਾਂ ਨੂੰ ਪੈਟਰੋਲ ਪੰਪ ਤੋਂ ਉਹਨਾਂ ਦੇ ਟਰੱਕਾਂ ਦੇ ਵਿੱਚ ਪੈਟਰੋਲ ਭਰਾ ਦਿੰਦਾ ਤਾਂ ਲੇਖਕ ਜਿਹੜਾ ਹੈ ਦਾ ਕੰਮ ਬਹੁਤਾ ਤਾਂ ਨਹੀਂ ਸੀ ਤੇ ਕੁਝ ਜ਼ਮੀਨਾਂ ਦੀ ਪਾਵਰ ਆਫ ਟਾਰਨੀਅਸ ਦੇ ਨਾਂ ਕੀਤੀ ਗਈ ਤੇ ਇੱਕ ਵਾਰ ਉਸ ਨੂੰ ਧੂਰੀ ਕਿਸੇ ਕੇਸ ਦੇ ਮਾਮਲੇ ਵਿੱਚ ਜਾਣਾ ਵੀ ਪਿਆ ਤਾਂ ਉਸ ਨੂੰ ਉਸ ਸਮੇਂ ਤਾਂ ਖੈਰ ਬਹੁਤ ਖੁਸ਼ੀ ਹੋਈ ਵੀ ਮੁਫਤ ਦੀ ਜਿਹੜੀ ਹੈ ਫੇਰਾ ਤੋਰਾ ਮਿਲ ਗਿਆ ਪਰ ਲੇਖਕ ਨੂੰ ਜਿਹੜਾ ਹੈ ਮੁੰਸ਼ੀ ਜੀ ਨਾਮ ਤੋਂ ਬੜੀ ਚਿਹੜ ਸੀ ਅਸਲ ਵਿੱਚ ਇਹ ਨੌਕਰੀ ਉਸ ਨੂੰ ਉਸ ਦੇ ਘਰ ਦੇ ਪਿਛਵਾੜੇ ਰਹਿੰਦੇ ਕਿਸੇ ਬਾਜ਼ਾਰਤ ਦੇ ਸਕਤਰ ਦੀ ਜਿਹੜੀ ਹੈ ਡਿਪਟਿਸਕਤਰ ਦੀ ਮਿਹਰਬਾਨੀ ਨਾਲ ਮਿਲੀ ਸੀਗੀ ਉਹ ਤਾਂ ਖੈਰ ਲੇਖਕ ਨੂੰ 베ਦੀ ਜੀ ਕਹਿ ਕੇ ਪੁਕਾਰਦਾ ਸੀ ਪਰ ਲੇਖਕ ਦੇ ਭਾਬੀ ਜੀ ਅਤੇ ਉਸ ਦੀ ਪਤਨੀ ਉਸ ਨੂੰ ਕਈ ਵਾਰ ਮੁੰਸ਼ੀ ਜੀ ਕਹਿ ਕੇ ਚੜਾਉਂਦੇ ਸਨ ਤਾਂ ਲੇਖਕ ਨੂੰ ਇਸ ਸ਼ਬਦ ਤੋਂ ਇਸ ਲਈ ਚੜਸੀ ਕਿ ਪਹਿਲਾਂ ਤਾਂ ਉਹਨੂੰ ਲੱਗਦਾ ਸੀ ਕਿ ਮੁੰਸ਼ੀ ਜਿਹੜੇ ਹੈਗੇ ਨੇ ਹਮੇਸ਼ਾ ਅਧਕੜ ਉਮਰ ਦੇ ਹੁੰਦੇ ਹਨ ਜਦ ਕਿ ਜਿਹੜਾ ਲੇਖਕ ਤਾਂ ਅਜੇ ਨੌਜਵਾਨ ਸੀ ਦੂਸਰਾ ਹੈ ਮੁੰਸ਼ੀ ਹਮੇਸ਼ਾ ਬਹੁਤਿਆਂ ਗੱਲਾਂ ਕਰਨ ਵਾਲੇ ਹੁੰਦੇ ਹਨ ਜਦ ਕਿ ਲੇਖਕ ਨੂੰ ਗੱਲਾਂ ਆਉਂਦੀਆਂ ਹੀ ਨਹੀਂ ਸਨ ਤੀਸਰਾ ਉਸ ਨੂੰ ਲੱਗਦਾ ਸੀ ਕਿ ਮੁੰਸ਼ੀ ਜੀ ਸ਼ਬਦ ਦਾ ਅਰਥ ਦੇ ਵਿੱਚ ਉਸ ਨੂੰ ਲੱਗਦਾ ਸੀ ਵੀ ਇਹ ਪਖੰਡ ਜਾਂ ਫਰੇਵ ਦਾ ਜਿਹੜਾ ਹੈ ਰੂਪ ਹੈਗਾ ਉਹਨਾਂ ਦੇ ਘਰ ਦੇ ਵਿੱਚ ਇਹੀ ਸਮਝਿਆ ਜਾਂਦਾ ਸੀ ਤਾਂ ਖੈਰ ਮਜਬੂਰੀ ਸੀ ਕੰਮ ਤਾਂ ਕਰਨਾ ਹੀ ਸੀ ਉਸ ਨੂੰ 60 ਰੁਪਏ ਪਿੱਛੇ ਇਹ ਕੰਮ ਕਰਨਾ ਪੈਂਦਾ ਸੀ ਤਾਂ ਉਸ ਨੇ ਇਸ ਕੰਮ ਦੇ ਵਿੱਚ ਦੇਖਿਆ ਕਿ ਕਿਵੇਂ ਲੋਕ ਜਿਹੜੇ ਹੈਗੇ ਨੇ ਰਿਸ਼ਵਤ ਦੇ ਵਿੱਚ ਪੈਰਾਂ ਤੱਕ ਗੁੜੇ ਹੋਏ ਸਨ ਛੋਟਾ ਜਿਹਾ ਕੰਮ ਲਈ ਉਸ ਨੂੰ ਜਿਹੜਾ ਹੈ ਉਹਨਾਂ ਨੂੰ ਰਿਸ਼ਵਤ ਦੇਣੀ ਪੈਂਦੀ ਸੀ ਤੇ ਟਰੱਕ ਡਰਾਈਵਰ ਵੀ ਉਸ ਨੂੰ ਜੇਕਰ 1 ਰੁਪਏ ਦਾ ਖਰਚ ਕਰਦੇ ਤਾਂ ਉਹ 2 ਰੁਪਏ ਲਗਾਉਂਦੇ ਹੌਲੀ ਹੌਲੀ ਉਸ ਨੂੰ ਇਸ ਦਾ ਭੇਦ ਪਤਾ ਲੰਘਣ ਲੱਗ ਪਿਆ ਜਦੋਂ ਉਸ ਨੂੰ ਪਤਾ ਲੱਗਿਆ ਕਿ ਇੱਕ ਟਰੱਕ ਦੇ ਡਰਾਈਵਰ ਨੂੰ ਛੁੱਟੀ ਨੌਕਰੀ ਤੋਂ ਛੁੱਟੀ ਦੇ ਦਿੱਤੀ ਗਈ ਹੈ ਤਾਂ ਉਸ ਨੇ ਜਿਹੜਾ ਹੈ ਲੇਖਕ ਨੂੰ ਦੱਸਿਆ ਕਿ ਉਸ ਨੂੰ 2 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਤਾਂ ਉਸ ਨੇ ਪੁੱਛਿਆ ਗੁਜ਼ਾਰਾ ਕਿਵੇਂ ਹੁੰਦਾ ਹੈ ਤਾਂ ਉਸ ਨੇ ਕਿਹਾ ਇੱਧਰ ਉੱਧਰ ਸਵਾਹੱਤ ਮਾਰਨੇ ਪੈਂਦੇ ਹਨ ਪੁਰਾਣੇ ਮੁੰਸ਼ੀ ਜੀ ਨੂੰ ਕਦੇ ਤਨਖਾਹ ਹੀ ਨਹੀਂ ਸੀ ਮਿਲੀ ਅਤੇ ਉਹ ਤਨਖਾਹ ਨਾਲ ਡੇਢ ਗੁਣਾ ਉੱਪਰੋਂ ਪੈਸੇ ਬਣਾ ਰਿਹਾ ਹੁੰਦਾ ਸੀ ਤਾਂ ਲੇਖਕ ਨੂੰ ਫਿਕਰ ਪੈ ਗਿਆ ਕਿ ਉਸ ਦੇ ਤਾਂ ਤਿੰਨ ਮਾਲਕ ਸਨ ਕਿਉਂਕਿ ਉਹ ਜਿਹੜਾ ਫਾਰਮ ਸੀ ਉਹ ਤਿੰਨ ਜਣਿਆਂ ਦੀ ਭਾਈਵਾਲੀ ਨਾਲ ਚੱਲ ਰਹੀ ਸੀ ਤਾਂ ਉਸ ਨੇ ਸੋਚਿਆ ਜੇ ਮੈਨੂੰ ਵੀ ਤਨਖਾਹ ਨਾ ਮਿਲੀ ਤਾਂ ਕਿਸ ਦੇ ਪਿੱਛੇ ਪਿੱਛੇ ਦੌੜਿਆ ਫਿਰਾਂਗਾ ਉਹੀ ਗੱਲ ਹੋਈ ਲੇਖਕ ਨੂੰ ਵੀ ਤਿੰਨ ਮਹੀਨੇ ਕੋਈ ਤਨਖਾਹ ਨਾ ਮਿਲੀ ਜਿਸ ਦਿਨ ਉਸ ਨੇ ਪਹਿਲੀ ਵਾਰ ਜਿਹੜਾ ਹੈ ਉਹਨ ਡਰਾਈਵਰ ਵਾਲੀ ਗੱਲ ਉਹਦੇ ਦਿਮਾਗ ਵਿੱਚ ਆਈ ਤੇ ਉਸ ਨੇ ਵੀ ਜਿਹੜਾ ਹੈ ਇੱਕ ਇੱਕ ਰੁਪਏ ਦਾ ਚੁੰਨਾ ਲੈਣਾ ਸ਼ੁਰੂ ਕਰ ਦਿੱਤਾ ਪਹਿਲੀ ਵਾਰ ਜਦੋਂ ਉਸ ਨੇ 4 ਰੁਪਏ ਜਿਹੜਾ ਹੈ ਉਪਰੋਂ ਜਿਹੜੇ ਹੈਗੇ ਨੇ ਇਕੱਠੇ ਕੀਤੇ ਤੇ ਆਪਣੇ ਭਾਬੀ ਜੀ ਨੂੰ ਲਿਆ ਕੇ ਦਿੱਤੇ ਤਾਂ ਉਸ ਨੂੰ ਜਿਹੜਾ ਹੈ ਉਹ ਲੱਗਿਆ ਵੀ ਉਹ ਵੀ ਰਿਸ਼ਵਤ ਦੇ ਚੱਕਰ ਵਿੱਚ ਘੁੰਮ ਰਿਹਾ ਹੈ ਤਾਂ ਉਸ ਨੂੰ ਜਿਹੜਾ ਹੈ ਇਸ ਸਾਰੇ ਉਹਦੇ ਵਿੱਚ ਇੰਨ ਲੱਗ ਰਿਹਾ ਸੀ ਵੀ ਜਿਹੜਾ ਕੋਈ ਵੀ ਮਨੁੱਖ ਹੈ ਦੂਸਰੇ ਦੀ ਜਿਹੜੀ ਹੈ ਮਾਸ ਦੀ ਬੋਟੀ ਲਹੁਣ ਨੂੰ ਤਿਆਰ ਹੈ ਤਾਂ ਹੌਲੀ-ਹੌਲੀ ਲੇਖਕ ਵੀ ਉਹੀਂ ਕਰਦਾ ਰਿਹਾ ਤੇ ਜਦੋਂ ਉਸਨੇ ਪਹਿਲੀ ਵਾਰ ਰਿਸ਼ਵਤ ਲਈ ਤਾਂ ਉਸ ਨੂੰ ساری ਰਾਤ ਨੀਂਦ ਨਾ ਆਈ ਤੇ ਉਸਨੇ ਨੂੰ ਜਿਹੜਾ ਹੈ ਉਹ ਗੱਲ ਯਾਦ ਆਈ ਕਿਵੇਂ ਕੀ 라ਵਲਪਿੰਡੀ ਉਸਨੇ ਇੱਕ ਬਾਣੇ ਵੱਸੋਂ ਜਿਹੜਾ ਹੈ 100 ਰੁਪਏ ਦਾ ਸੌਦਾ ਲਿਆ ਸੀ ਤੇ ਬਾਣੀਆਂ ਨੇ ਉਸ ਨੂੰ ਗਲਤੀ ਨਾਲ 200 ਰੁਪਏ ਵਾਧੂ ਵਾਪਸ ਕਰ ਦਿੱਤੇ ਸਨ ਭਾਵੇਂ ਕਿ ਲੇਖਕ ਜਿਹੜਾ ਹੈ ਬਾਣੀਆਂ ਆਖ ਵੀ ਤੋਲ ਵਿੱਚ ਹਿਰਾਫੇਰੀ ਕਰਦਾ ਸੀ ਪਰ ਲੇਖਕ ਨੂੰ ਜਿਹੜਾ ਹੈ ساری ਰਾਤ ਨੀਂਦ ਨਾ ਆਈ ਤੇ ਉਸਨੇ ਉਹਨਾਂ ਪੈਸਿਆਂ ਨੂੰ ਦੇ ਜਿਹੜਾ ਹੈ ਬਾਈ 12 ਸਟਿਕ ਖਰੀਦ ਲਿਆਂਦੀ ਅਤੇ ਆਪਣੇ ਲਾਇਬ੍ਰੇਰੀ ਵਿੱਚ ਰੱਖ ਲਈ ਇਹ ਗੱਲ ਉਸ ਨੂੰ ਕਦੇ ਵੀ ਨਹੀਂ ਸੀ ਪੁੱਲਦੀ ਪਰ ਉਸ ਨੂੰ ਮਜਬੂਰੀ ਵਸ ਰਿਸ਼ਵਤ ਲੈਣੀ ਪੈਂਦੀ ਸੀ ਤਾਂ ਕਿ ਘਰ ਦਾ ਗੁਜ਼ਾਰਾ ਚਲਾਉਣਾ ਜਿਹੜਾ ਸੌਖਾ ਹੋ ਜਵੇ ਹੁਣ ਕਿਉਂਕਿ ਉਸ ਦਾ ਕੋਈ ਬਹੁਤਾ ਵਧੀਆ ਕੰਮ ਤਾਂ ਨਹੀਂ ਸੀ ਉਸ ਨੇ ਜਿਹੜਾ ਹੈ ਨੌਕਰੀ ਤੇ ਰੈਗੂਲਰ ਜਾਣਾ ਬੰਦ ਕਰ ਦਿੱਤਾ ਜਿਸ ਦਿਨ ਤਾਂ ਲੇਖਕ ਜਿਹੜਾ ਹੈ ਉਸ ਨੂੰ ਉਸ ਨੂੰ ਲੱਗਦਾ ਸੀ ਕਿ ਇਸ ਰੇਸ਼ੇਤ ਵਿੱਚ ਉਸਦੇ ਹੱਥ ਵਿਉ ਨਾਲ ਲੱਭੜਦੇ ਜਾ ਰਹੇ ਹਨ ਪਰ ਮਜਬੂਰੀ ਸੀ ਲੇਖਕ ਆਪਣੇ ਕੰਮ ਦੀ ਭਾੜ ਦੇ ਲਈ ਆਪਣੇ ਇੱਕ ਦੋਸਤ ਵਰਗੇ ਚਾਚੇ ਸੋਹਣ ਸਿੰਘ ਦੇ ਨਾਲ ਅੰਬਾਲੇ ਲੁਧਿਆਣੇ ਤੇ ਜਲੰਧਰ ਘੁੰਮਦਾ ਸੀ ਉਸ ਨੇ ਜਿਹੜਾ ਹੈ এমਪਲॉयਮੈਂਟ ਐਕਸਚੇਂਜ ਵਿੱਚ ਆਪਣੇ ਨਾਮ ਦਰਜ ਕਰਵਾਈ ਤਾਂ ਉਸ ਨੇ ਜਿਹੜਾ ਹੈ ਇੱਕ ਦਿਨ ਆਪਣੇ ਮਤਲਬ ਉਹ ਉਹਨਾਂ ਨਗਰ ਵਿੱਚ ਬੜੀ ਹੀ ਮਾੜੀ ਅਵਸਥਾ ਵਿੱਚ ਰਹਿ ਰਿਹਾ ਸੀ ਉਸਦੇ ਥੈਲੇ ਦੇ ਵਿੱਚ ਇੱਕ ਕਮੀਸ਼ ਅਧਿਕ ਇਸ਼ਾਰਾ ਹੁੰਦਾ ਉਹ ਸਾਰਾ ਦਿਨ ਇੱਧਰ ਉੱਧਰ ੱਤਕੇ ਖਾਂਦੇ ਤੇ ਜਿੱਥੇ ਜੋ ਸ਼ਾਮ ਨੂੰ ਜਿਹੜਾ ਹੈ ਉਸ ਥੈਲੇ ਦਾ ਸਹਰਾਣਾ ਲਾ ਕੇ ਰੇਲਵੇ ਸਟੇਸ਼ਨ ਤੇ ਸੌਂ ਜਾਂਦੇ ਤੇ ਜਿੱਥੇ ਉਸ ਦੇ ਜਿਹੜਾ ਹੈ ਕੱਪੜੇ ਗੰਦੇ ਹੁੰਦੇ ਤਾਂ ਸਾਬਣ ਦੀ ਟਿੱਕੀ ਲੈ ਕੇ ਉਸ ਨੂੰ ਧੋ ਲੈਂਦੇ ਅਤੇ ਉੱਥੇ ਹੀ ਸੁਕਾ ਕੇ ਬਦਲ ਲੈਂਦੇ ਇੱਕ ਦਿਨ ਉਹ ਲੁਧਿਆਣੇ ਦੇ ਖੁੱਡ ਮਹੱਲੇ ਗਏ ਤੇ ਉੱਥੇ ਉਹਨਾਂ ਨੇ ਰਾਵਲਪਿੰਡੀ ਦੇ ਇੱਕ ਪੁਰਾਣੇ ਸਾਥੀ ਮਹਿੰਦਰ ਸਿੰਘ ਨੂੰ ਵੇਖਿਆ ਜੋ ਕਿ ਸੋਹਣ ਸਿੰਘ ਦਾ ਦੋਸਤ ਸੀ ਉਸਨੇ ਜਿਹੜਾ ਹੈ ਸੋਨ ਸਿੰਘ ਨੂੰ ਦੱਸਿਆ ਕਿ ਹੁਣ ਤਾਂ ਸਾਡੀਆਂ ਪੌਂ 12 ਹਨ ਉਸ ਦਾ ਦੁੱਧ ਹੀ ਦਾ ਕੰਮ ਬੜਾ ਵਧੀਆ ਚੱਲ ਰਿਹਾ ਹੈਗਾ ਤਾਂ ਉਸ ਦੀ ਜੇਬ ਵਿੱਚ ਹਰ ਰੋਜ਼ 25 ਰੁਪਏ ਬਚਤ ਹੋ ਜਾਂਦੀ ਹੈ ਤਾਂ ਉਸਨੇ ਸੋਨ ਸਿੰਘ ਨੂੰ ਕਿਹਾ ਕਿ ਇੱਧਰ ਉੱਧਰ ਭਟਕਣ ਦੀ ਬਜਾਏ ਉਹ ਵੀ ਦੁੱਧ ਦਾ ਕੰਮ ਕਰ ਲਵੇ ਵੀ ਇੱਥੇ ਦੁੱਧ ਦਾ ਬਹੁਤ ਕੰਮ ਚੱਲ ਰਿਹਾ ਹੈ ਤਾਂ ਸੋਨ ਸਿੰਘ ਵੀ ਬਹੁਤ ਪ੍ਰਭਾਵਿਤ ਹੋਇਆ ਤੇ ਉਸਨੇ ਲੇਖਕ ਨੂੰ ਵੀ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਪਿੰਡਾਂ ਵਿੱਚੋਂ ਸਾਈਕਲ ਤੇ ਦੁੱਧ ਲਿਆਇਆ ਕਰਾਂਗਾ ਨੂੰ ਸਿਰਫ ਜਿਹੜਾ ਹੈ ਇੱਕ ਥਾਂ ਬੈਠ ਕੇ ਦੋਸ ਦੋਲ ਕੇ ਵੇਚੀ ਜਾਈ ਪਰ ਲੇਖਕ ਇਸ ਗੱਲ 'ਤੇ ਰਾਜ਼ੀ ਨਾ ਹੋਇਆ ਕਿਉਂਕਿ ਉਸ ਦਾ ਧਰ ਅੰਦਰ ਅਖਬਾਰ ਰਵੀਸੀ ਜਾ ਅਧਿਆਪਕ ਵਣ ਨਾਲ ਬਲ ਰੁਚਿਤ ਸੀ ਤਾਂ ਉਸ ਨੇ ਉਸ ਨੂੰ ਲਾਰਾ ਲਾਇਆ ਕਿ ਉਹ ਭਾਬੀ ਤੋਂ ਪੁੱਛ ਕੇ ਇਸ ਬਾਰੇ ਦੱਸ ਦੇਵੇਗਾ ਤਾਂ ਉਸ ਉਹਨਾਂ ਨੇ ਜਿਹੜਾ ਹੈ ਇੱਕ ਵਾਰ ਘੁੰਮਣ ਦੇ ਘਮਾਉਂਦੇ ਹੋ ਅੰਬਾਲੇ ਗਏ ਤਾਂ ਉਹਨਾਂ ਨੇ ਇੱਕ ਹਰੀਸ਼ ਨਾ ਦਾ ਵਿਅਕਤੀ ਦੇਖਿਆ ਜੋ ਕਿ 라ਵਲਪਿੰਡੀ ਵਿੱਚ ਇੱਕ ਬਹੁਤ ਹੀ ਸ਼ਰੀਫ ਨੌਜਵਾਨ ਵਜੋਂ ਜਾਣਿਆ ਜਾਂਦਾ ਸੀ ਤੇ ਉੱਥੇ ਉਸ ਨੇ ਇੱਕ ਲੜਕੀ ਦੇਖੀ ਕੁੰਤੀ ਜੋ ਕਿ ਜਿਹੜਾ ਹੈ ਕਬੀਸ਼ਰ ਹਕੀਮ ਦੀ ਰਖੈਲ ਸੀ ਤੇ ਇੱਥੇ ਹਰੀਸ਼ ਉਸ ਨੂੰ ਆਪਣੀ ਪਤਨੀ ਵਜੋਂ ਉਸ ਨੇ ਜਿਹੜਾ ਹੈ ਜਾਣ ਪਛਾਣ ਕਰਾਈ ਤਾਂ ਲੇਖਕ ਨੇ ਜਦੋਂ ਸੋਹਣ ਸਿੰਘ ਨੂੰ ਪੁੱਛਿਆ ਇਸ ਬਾਰੇ ਤਾਂ ਉਹ ਹੱਸਣ ਲੱਗ ਪਿਆ ਕਿ ਇਸ ਜਿਹੜਾ ਹੈ ਕੱਲੂਕਾਰੇ ਵਿੱਚ ਜਿਹੜਾ ਹੈ ਲੋਕਾਂ ਦੀ ਸ਼ਰਾਫਤ ਦੇ ਮਖੌਟੇ ਉਤਰ ਗਏ ਹਨ ਹਰੀਸ਼ ਚਾਰ ਦਿਨ ਇਸ ਦਿਨ ਦੇ ਨਾਲ ਜਿਹੜਾ ਹੈ ਆਪਣਾ ਟਾਈਮ ਬਤਾ ਲਵੇਗਾ ਤੇ ਫਿਰ ਇਸ ਨੂੰ ਛੱਡ ਦੇਵੇਗਾ ਤਾਂ ਇਸ ਤਰ੍ਹਾਂ ਲੇਖਕ ਨੂੰ ਉਸ ਬੇਲੋਸ ਕੋ ਗੀ ਵਰਗੀ ਸੋਹਣੀ ਕੁੜੀ ਦੇ ਉੱਤੇ ਬਹੁਤ ਹੀ ਤਰਸ ਆਇਆ ਕਿ ਇਸ ਸਮੇਂ ਦੇ ਵਿੱਚ ਕਿਹੋ ਜਿਹੇ ਵਾਤਾਵਰਨ ਦੇ ਵਿੱਚ ਉਹ ਰਹਿ ਰਹੀ ਸੀ ਤਾਂ ਉਸਨੇ ਜਿਹੜਾ ਹੈ ਅੰਮਾਲੇ এমਪਲॉयਮੈਂਟ ਐਕਸਚੇਂਜ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਤੇ ਇਸ ਤਰ੍ਹਾਂ ਹੀ ਉਹ ਆਵਾਗੋਂ ਘੁੰਮਦੇ ਰਹੇ ਤਾਂ ਉਸ ਦੀ ਨੌਕਰੀ ਦਾ ਕੋਈ ਜਿਹੜਾ ਢੋ ਮਿਲਣਾ ਨਾ ਮਿਲਿਆ ਜਦੋਂ ਸੋਨ ਸਿੰਘ ਨੇ ਘਰ ਜਾ ਕੇ ਲੇਖਕ ਦੀ ਭਾਬੀ ਜੀ ਨੂੰ ਦੁੱਧ ਦਹੀਂ ਦੇ ਕੰਮ ਬਾਰੇ ਪੁੱਛਿਆ ਤਾਂ ਉਸਨੇ ਵੀ ਕਹਿ ਦਿੱਤਾ ਕਿ ਜਿਹੜਾ ਹੈ ਇਹ ਕੰਮ ਇਸ ਤੋਂ ਨਹੀਂ ਹੋਣਾ ਤੇ ਜਿਹੜਾ ਹੈ ਲੇਖਕ ਫੇਰ ਉਹੀ ਜਿਹੜਾ ਹੈ ਇੱਧਰ ਉੱਧਰ ਭਟਕਦਾ ਫਿਰਦਾ ਹੈਗਾ ਤਾਂ ਇੰਨੇ ਦਿਨੀ ਵੱਲਬ ਪਟੇਲ ਜੀ ਪਟਿਆਲੇ ਆਉਂਦੇ ਨੇ ਤੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਸਾਡੇ ਸੁੱਖਾਂ ਦੀ ਜਾਂ ਸਾਡੇ ਦੁੱਖਾਂ ਬਾਰੇ ਗੱਲ ਕਰਨਗੇ ਵੀ ਇਹਨਾਂ ਦੀ ਜਿਹੜੇ ਜੀਵਨ ਵਿੱਚ ਸੁਧਾਰ ਹੋ ਸਕੇਗਾ ਪਰ ਉਹਨਾਂ ਨੇ ਜਿਹੜਾ ਹੈ ਜਿਹੜਾ ਹੈ ਸਿੱਖਾਂ ਦੀ ਜਿਹੜੀ ਹੈ ਦੇਸ਼ ਦੇ ਜਿਹੜਾ ਵੰਡ ਦੇ ਵਿੱਚ ਉਹਨਾਂ ਦੇ ਕਿਸੇ ਜਿਹੜਾ ਹੈ ਇਸੇ ਬਾਰੇ ਬਹੁਤੀ ਗੱਲ ਨਾ ਕੀਤੀ ਉਹਨਾਂ ਦੇ ਕਿਸੇ ਕੁਰਬਾਨੀ ਬਾਰੇ ਕੋਈ ਗੱਲ ਨਹੀਂ ਕੀਤੀ ਉਹ ਸਿਰਫ ਲੋਕ ਰਾਜ ਅਤੇ ਭਾਰਤ ਦੀ ਗੱਲ ਕਰਦੇ ਰਹੇ ਲੋਕਾਂ ਨੂੰ ਇਸ ਗੱਲ ਦਾ ਬੜਾ ਹੀ ਦੁੱਖ ਲੱਗਿਆ ਉਹਨਾਂ ਨੂੰ ਲੱਗਿਆ ਕਿ ਸਾਡੀ ਤਾਂ ਜਿਹੜੀ ਕੋਈ ਗੱਲ ਕੀਤੀ ਹੀ ਨਹੀਂ ਹੈ ਉੱਥੇ ਜਿਹੜਾ ਜੇਲਮਾ ਦਾ ਅਕਲਿ ਨਾਮ ਦਾ ਇੱਕ ਵਿਅਕਤੀ ਸੀ ਜਿਹੜਾ ਕਿ ਹਰੇਕ ਆਜ਼ਾਦੀ ਦੀ ਹਰੇਕ ਲਹਿਰ ਦੇ ਵਿੱਚ ਹਿੱਸਾ ਲੈਂਦਾ ਰਿਹਾ ਸੀ ਉਸ ਨੂੰ ਇਸ ਗੱਲ ਦਾ ਬਹੁਤ ਹੀ ਦੁੱਖ ਹੋਇਆ ਤਾਂ ਉਹ ਵੀ ਕਹਿਣ ਲੱਗਿਆ ਹੁਣ ਤਾਂ ਇਹ ਇਹ ਗੱਲ ਕਰਨਗੇ ਹੀ ਤੇ ਉਸ ਨੇ ਇੱਕ ਨੀਤੀ ਕਥਾ ਵੀ ਸੁਣਾਈ ਉਹਨਾਂ ਲੋਕਾਂ ਨੂੰ ਜਿਹੜੇ ਪਟੇਲ ਜੀ ਦੀ ਜਿਹੜੇ ਹੈ ਭਾਸ਼ਣ ਤੋਂ ਜਿਹੜਾ ਹੈ ਗੁੱਸੇ ਵਿੱਚ ਆਏ ਹੋ ਸਨ ਰੋ ਵਿੱਚ ਆਏ ਹੋ ਸਨ ਹਰਾਸ਼ ਸਨ ਤਾਂ ਉਹਨਾਂ ਨੇ ਜਿਹੜਾ ਹੈ ਉਸਨੇ ਦੱਸਿਆ ਕਿ ਨੀਤੀ ਕਥਾ ਦੀ ਗੱਲ ਕੀਤੀ ਤਾਂ ਕਿ ਹੈ ਕਿ ਰਾਜ ਜੰਗਲਦਾਰ ਜਿਹੜਾ ਰਾਜਾ ਸ਼ੇਸ ਸੀ ਕਹਿੰਦਾ ਕੁਝ ਦਿਨ ਲਈ ਉਸ ਨੂੰ ਜਿਹੜਾ ਜੰਗਲ ਤੋਂ ਬਾਹਰ ਜਾਣਾ ਪਿਆ ਤਾਂ ਬਾਅਦ ਵਿੱਚ ਬਘਿਆੜ ਭੇੜੀ ਅਤੇ ਗਿੱਦੜਾਂ ਨੇ ਰਲ ਕੇ ਸਲਾਹ ਬਣਾਈ ਕਿ ਹੁਣ ਅਸੀਂ ਰਾਜ ਇਹਦਾ ਹੀ ਸ਼ੇਰ ਦਾ ਹੀ ਕਹਿਣਾ ਮੰਨੇ ਜਾਵਾਂਗੇ ਤੇ ਸਾਨੂੰ ਵੀ ਲੋਕ ਰਾਜ ਸਥਾਪਿਤ ਕਰਨਾ ਚਾਹੀਦਾ ਹੈ ਤਾਂ ਇਸ ਤਰ੍ਹਾਂ ਬੋਟਾਂ ਪਈਆਂ ਗਿੱਦੜਾਂ ਦੀ ਬਹੁਤ ਗਿਣਤੀ ਸੀ ਤਾਂ ਕਹਿੰਦਾ ਗਿੱਦੜ ਰਾਜਾ ਬਣ ਗਿਆ ਤੇ ਗਿੱਦੜ ਨੇ ਰਾਜਾ ਬਣ ਕੇ ਲੋਕਾਂ ਨੂੰ ਹੁਕਮ ਦਿੱਤਾ ਕਿ ਸਿਰਫ ਗਿੱਦੜਾਂ ਦੀ ਬੋਲੀ ਬੋਲੀ ਜਾਵੇ ਤਾਂ ਲੋਕ ਉਸ ਦਾ ਕਹਿਣਾ ਜਿਹੜਾ ਹੈ ਜਾਨਵਰ ਜੰਗਲ ਦੇ ਉਸ ਦਾ ਕਹਿਣਾ ਮੰਨਣ ਲੱਗ ਪਏ ਕੁਝ ਦਿਨਾਂ ਬਾਅਦ ਜਿਹੜਾ ਹੈ ਰਾਜਾ ਸ਼ੇਰ ਵਾਪਸ ਆਇਆ ਤਾਂ ਉਸ ਨੇ ਵੇਖਿਆ ਕਿ ਲੋਕ ਤਾਂ ਗਿੱਦੜਾਂ ਦੀ ਬੋਲੀ ਬੋਲ ਰਹੇ ਹਨ ਪਰ ਉਸ ਨੇ ਲੋਕ ਰਾਜ ਦੀ ਗੱਲ ਮੰਨਦੇ ਹੋ ਉਹਨਾਂ ਦੀ ਜਿਹੜੀ ਸਲਾਹ ਨੂੰ ਮੰਨਦੇ ਹੋ ਇਸ ਨਾਲ ਉਹ ਸਹਿਮਤ ਹੋ ਗਿਆ ਚੁੱਪਚਾਪ ਰਹਿਣ ਲੱਗ ਪਿਆ ਤਾਂ ਪਰ ਉਸ ਨੇ ਵੇਖਿਆ ਕਿ ਗਿੱਦੜਾਂ ਦੇ ਰਾਜ ਦਾ ਫਾਇਦਾ ਉਠਾ ਕੇ ਗਵਾਂਢੀ ਜਿਹੜਾ ਹੈ ਜੰਗਲ ਦੇ ਵਿੱਚੋਂ ਕੋਈ ਵੀ ਸ਼ੇਰ ਵਗਿਆੜਾ ਕੇ ਉਹਨਾਂ ਦੇ ਜੰਗਲ ਦੇ ਵਿੱਚੋਂ ਸ਼ਿਕਾਰ ਕਰਕੇ ਲੈ ਜਾਂਦਾ ਹੈ ਪਰ ਉਸ ਤੋਂ ਹੁਣ ਇਹ ਗੱਲ ਬਰਦਾਸ਼ਤ ਨਾ ਹੋਈ ਤੇ ਉਹ ਉੱਚੇ ਸਾਰੇ ਦਿਹਾੜ ਤੇ ਕਹਿਣ ਲੱਗਿਆ ਇਸ ਜੰਗਲ ਵਿੱਚ ਹੁਣ ਗਿੱਦੜਾਂ ਦੀ ਬੋਲੀ ਕੋਈ ਵੀ ਨਹੀਂ ਬੋਲੇਗਾ ਤਾਂ ਇਸ ਤਰ੍ਹਾਂ ਸ਼ੇਰ ਨੇ ਜੰਗਲ ਵਿੱਚ ਆਪਣਾ ਰਾਜ ਮੂੜ ਸਥਾਪਿਤ ਕੀਤਾ ਤੇ ਜੇਰਮਾ ਦਾ ਅਕਾਲੀ ਕੀ ਕਹਿਣ ਲੱਗਿਆ ਕਿ ਜਿਹੜੇ ਹੈਗੇ ਨੇ ਸਿੱਖ ਨੇ ਜਾਂ ਬਹਾਦਰ ਲੋਕ ਨੇ ਉਹ ਤਾਂ ਸ਼ੇਰ ਹੈਗੇ ਨੇ ਉਹੋ ਆਪਣਾ ਹੱਕ ਆਪਣੇ ਜਿਹੜਾ ਹੈ ਡੋਲਿਆਂ ਦੇ ਸਿਰ ਤੇ ਕਦੇ ਵੀ ਪ੍ਰਾਪਤ ਕਰ ਸਕਦੇ ਨੇ ਤੇ ਇਸ ਜਿਹੜਾ ਹੈ ਸਮੇਂ ਵਿੱਚ ਲੇਖਕ ਕਹਿੰਦਾ ਹੈਗਾ ਕਿ ਪਟਿਆਲੇ ਕਿਉਂਕਿ ਉਹਨਾਂ ਦਾ ਘਰ ਮੋਕਲਾ ਸੀ ਤਿੰਨ ਕਮਰਿਆਂ ਦਾ ਮਕਾਨ ਸੀਗਾ ਤੇ ਉਹਨਾਂ ਦੇ ਘਰ ਦੇ ਅੱਗੇ ਕੁੱਲਾ ਵੇੜਾ ਵੀ ਸੀ ਤਾਂ ਜਿਹੜਾ ਵੀ ਰਿਸ਼ਤੇਦਾਰ ਜਿਸ ਨੂੰ ਠਾਹਰਨਾ ਮਿਲਦੀ ਤਾਂ ਉਹ ਉਹਨਾਂ ਕੋਲ ਆ ਕੇ ਰਹਿਣ ਲੱਗ ਜਾਂਦਾ ਤਾਂ ਇਸ ਜਿਹੜਾ ਹੈ ਵਾਤਾਵਰਨ ਦੇ ਵਿੱਚ ਉਹਨਾਂ ਦਾ ਇੱਕ ਛੋਟਾ ਮਾਮਾ ਸੀ ਉਹ ਵੀ ਉੱਥੇ ਰਹਿੰਦਾ ਸੀ ਤਾਂ ਉਸਦੇ ਮਾਸੇ ਜੀ ਸਨ ਉਸਦਾ ਦੇਵਰ ਸੀਗਾ ਉਹ ਵੀ ਉੱਥੇ ਆ ਕੇ ਰਹਿੰਦੇ ਸਨ ਤਾਂ ਇਸ ਉਹਦੇ ਵਿੱਚ ਜਿਹੜਾ ਹੈ ਕਾਰਨ ਕੀ ਸੀਗਾ ਕਿ ਜਿਹੜਾ ਲੇਖਕ ਦੇ ਭਾਬੀ ਜੀ ਸਨ ਭਾਬ ਦੇ ਮਾਤਾ ਜੀ ਸਨ ਉਹ ਪੇਕੀ ਅਤੇ ਸਹੁਰੇ ਪਰਿਵਾਰ ਵਿੱਚ ਸਭ ਤੋਂ ਵੱਡੇ ਸਨ ਤੇ ਉਹ ਖੁਸ਼ੀ ਦੇ ਨਾਲ ਹਰੇਕ ਨੂੰ ਕਹਿੰਦੇ ਸਨ ਵੀ ਜੇ ਇੱਕ ਔਖਾ ਸਮਾਹ ਹੈ ਕੋਈ ਗੱਲ ਸਾਡੇ ਕੋਲ ਲ ਲਵੋ ਤਾਂ ਖੁਸ਼ੀ-ਖੁਸ਼ੀ ਉਹ ਉਹਨਾਂ ਦੇ ਜਿਹੜਾ ਹੈ ਆਉਪਕਤ ਕਰਦੇ ਸਨ ਪਰ ਉਸਦੇ ਜਿਹੜੇ ਰਿਸ਼ਤੇਦਾਰ ਜੋ ਵੀ ਉਹਦੇ ਕੋਲ ਰਹਿੰਦੇ ਸਨ ਉਹ ਵੀ ਜਿਹੜਾ ਹੈ ਉਹਨਾਂ ਦਾ ਬਹੁਤ ਹੀ ਸਾਥ ਦਿੰਦੇ ਸਨ ਕੋਈ ਕਹਿੰਦਾ ਘਿਓ ਲਿਆਉਂਦਾ ਸੀ ਕੋਈ ਸਬਜ਼ੀ ਲਿਆਉਂਦਾ ਸੀ ਤੇ ਲੇਖਕ ਦੇ ਮਾਸੜ ਜੀ ਨੇ ਤਾਂ ਜਿਹੜਾ ਹੈ ਦੋ ਮਣ ਕਣਕ ਵਸਾ ਕੇ ਅੰਦਰ ਰੱਖ ਦਿੱਤੀ ਸੀ ਤੇ ਲੇਖਕ ਦੇ ਮਾਤਾ ਜੀ ਨੇ ਇਹ ਇੰਨਾਂ ਗੱਲਾਂ ਤੋਂ ਜਿਹੜਾ ਹੈ ਉਹਨਾਂ ਨੂੰ ਬੁਰਾ ਲੱਗਦਾ ਸੀ ਤੇ ਉਹ ਕਹਿੰਦੇ ਮਹਿਮਾਨਾਂ પાસે ਅਸੀਂ ਇਹ ਚੀਜ਼ਾਂ ਨਹੀਂ ਲੈਣੀ ਆ ਪਰ ਲੇਖਕ ਦੇ ਮਾਸੜ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਇਸ ਅਵਸਥਾ ਦੇ ਵਿੱਚ ਤੁਸੀਂ ਕਿਹੜਾ ਬਹੁਤ ਸੌਖੇ ਹੈਗੇ ਹੋ ਆਪਾਂ ਰਲ ਮਿਲ ਕੇ ਜਿਹੜਾ ਹੈ ਸਾਂਝਾ ਲੰਗਰ ਪਕਾਈ ਜਾਵਾਂਗੇ ਤੇ ਥੋੜਾ ਟਾਈਮ ਲੰਘਾਈ ਜਾਵਾਂਗੇ ਹੁਣ ਕਿਉਂਕਿ ਉਹ ਵਿਚਾਰੇ ਵਿਲੇ ਸਨ ਸਾਰੇ ਤੇ ਉਹ ਸਿਰਫ ਗੱਲਾਂ-ਮਤਾਂ ਕਰਨ ਤੇ ਹੀ ਸਨ ਜਾਂ ਫਿਰ ਉਹ ਕਹਿੰਦੇ ਨਾਰ ਦਾਣਾ ਚੌਂਕ ਕਿ ਤਣ ਕਿਤੇ ਘੁੰਮ ਆਉਂਦੇ ਤਾਂ ਲੇਖਕ ਤੇ ਮਾਸੜ ਜੀ ਦਾ ਜਿਹੜਾ ਹੈ ਲਾਹੌਰ ਦੇ ਵਿੱਚ ਪਰਵਾ ਰਹੰਦਾ ਸੀਗਾ ਤੇ ਉੱਥੇ ਉਹਨਾਂ ਨੇ ਨਵਾਂ ਰਹੱਸੀ ਮਕਾਨ ਉਹ ਸਾਰਿਆ ਸੀ ਤੇ ਉਹਨਾਂ ਨੂੰ ਲਾਹੌਰ ਦੀ ਜਿਹੜੀ ਹੈਗੀ ਆ ਸ਼ਾਨੋ ਸ਼ੌਕਤ ਨਹੀਂ ਸੀ ਭੁੱਲਦੀ ਤੇ ਉਹ ਕਹਿੰਦੇ ਸਨ ਕਿ ਲਾਹੌਰ ਤਾਂ ਸਿੱਖਾਂ ਦਾ ਦਿਲ ਹੈ ਤੇ ਉਹ ਸਿੱਖ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਕਦੇ ਵੀ ਨਹੀਂ ਭੁੱਲਦੇ ਤੇ ਲੇਖਕ ਉਸ ਨੂੰ ਜਿਹੜਾ ਹੈ ਉਸਦੇ ਚਾਚੇ ਨੂੰ ਬੜਾ ਦੁੱਖ ਸੀਗਾ ਕਿ ਜਿਹੜਾ ਹੈ ਲੀਡਰਾਂ ਨੇ ਆਪਣੀ ਲੀਡਰੀ ਲਈ ਦੇਸ਼ ਦੀ ਛਾਤੀ چیر ਛੁੱਟੀ ਹੈ ਅਤੇ ਉਹਨਾਂ ਨੇ ਜਿਹੜਾ ਹੈ ਪੰਜਾਬੀਆਂ ਦਾ ਦੇ ਦਿਲ ਦੀ ਜਿਹੜੀ ਧਰਤੀ ਹੈ ਲਾਹੌਰ ਉਸ ਨੂੰ ਪਾਕਿਸਤਾਨ ਭੇਜ ਦਿੱਤਾ ਹੈ ਅਤੇ ਬਦਲੇ ਵਿੱਚ ਕਲਕੱਤਾ ਲੈ ਲਿਆ ਹੈ ਤਾਂ ਇਸ ਤਰ੍ਹਾਂ ਜਿਹੜਾ ਹੈ ਲੇਖ ਉਹਨੂੰ ਲੱਗਦਾ ਹੈ ਲੇਖਕ ਦੇ ਜੱਜ ਮਾਸੜ ਨੂੰ ਕਿ ਦੇਸ਼ ਦੇ ਲੀਡਰਾਂ ਨੇ ਸਿੱਖਾਂ ਨਾਲ ਗਦਾਰੀ ਕੀਤੀ ਹੈ ਤਾਂ ਇਹ ਤਾਂ ਸੀਗਾ ਇਸ ਸਵੈਜੀਵਨ ਦਾ ਭਾਗ ਨੰਬਰ 2 ਧੂਏ ਦਾ ਜੰਗਲ ਜਿਸ ਵਿੱਚ ਅਸੀਂ ਦੇਖਦੇ ਹੈਗੇ ਆ ਕਿ ਕਿਸ ਤਰ੍ਹਾਂ ਲੋਕ ਜਿਹੜਾ ਹੈਗੇ ਨੇ ਅ ਧਰਮ ਦੇ ਆਧਾਰ ਤੇ ਦੁਰਦਰ ਭੇਜੇ ਹੋਏ ਉਹਨਾਂ ਦੀ ਬਹੁਤ ਹੀ ਦਰਦਨਾਕ ਅਵਸਥਾ ਸੀ ਕਿਸ ਤਰ੍ਹਾਂ ਉਹ ਭੈੜੀਆਂ ਸਥਿਤੀਆਂ ਦਾ ਸਾਹਮਣਾ ਕਰਦੇ ਸਨ ਪਰ ਫਿਰ ਵੀ ਉਹ ਬਹਾਦਰੀ ਨਾਲ ਇਸ ਟਾਈਮ ਨੂੰ ਕੱਟ ਰਹੇ ਸਨ ਤਾਂ ਜੇਕਰ ਇਹ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਅਤੇ ਫਿਰ ਮਿਲਾਂਗੇ ਕਿਸੇ ਵਧੀਆ ਵੀਡੀਓ ਦੇ ਨਾਲ ਤਦ ਤੱਕ ਇਦ ਲਈ ਧੰਨਵਾਦ